ਸਤਿ ਸ਼੍ਰੀ ਅਕਾਲ ਦੋਸਤੋ, ਕ੍ਰਿਕ ਸਟੱਡੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪੰਜਾਬ ਦੇ ਪੇਪਰਾਂ ਦੇ ਹਿਸਾਬ ਨਾਲ ਆਪਾਂ ਪੰਜਾਬ ਜੀਕੇ ਦੀ ਇੱਕ ਕੰਪਰੀਹੈਂਸਿਵ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਸਟਾਰਟ ਕਰਦੇ ਹਾਂ ਬੇਸਿਕਸ ਆਫ ਪੰਜਾਬ ਤੋਂ। ਅਤੇ ਅੱਜ ਆਪਣਾ ਪਹਿਲਾ ਲੈਕਚਰ ਹੈ ਇਸ ਸਬਜੈਕਟ ਦਾ। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਡੇ ਇੰਸਟਾਗ੍ਰਾਮ ਚੈਨਲ 'ਤੇ ਸਾਨੂੰ ਡਾਊਟ ਪੁੱਛ ਸਕਦੇ ਹੋ ਅਤੇ ਅਸੀਂ 24 ਘੰਟਿਆਂ ਵਿੱਚ ਤੁਹਾਡਾ ਰਿਪਲਾਈ ਕਰਾਂਗੇ। ਤਾਂ ਪੰਜਾਬ ਬੇਸਿਕਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੀ, ਕਿ ਜਿਹੜਾ ਪੰਜਾਬ ਵਰਡ ਹੈ ਉਹ ਆਇਆ ਕਿੱਥੋਂ। ਤਾਂ ਮੈਂ ਤੁਹਾਨੂੰ ਦੱਸਦਾ, ਪੰਜਾਬ ਵਰਡ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ, ਪੰਜ ਪਲੱਸ ਆਬ। ਪੰਜ ਮੀਨਸ 5 ਅਤੇ ਆਬ ਮੀਨਸ ਵਾਟਰ। ਤਾਂ ਪੰਜਾਬ ਦੇ ਵਿੱਚ ਪੰਜ ਦਰਿਆ ਵਹਿੰਦੇ ਸੀ, ਇੱਕ ਚਨਾਬ, ਦੂਜਾ ਰਾਵੀ, ਤੀਜਾ ਬਿਆਸ, ਚੌਥਾ ਸਤਲੁਜ ਅਤੇ ਪੰਜਵਾਂ ਜੇਹਲਮ। ਇਹ ਉੱਤੇ ਹੈ, ਇਸ ਥਾਂ 'ਤੇ ਹੈ। ਅਤੇ ਪੰਜ ਦਰਿਆ ਵਹਿੰਦੇ ਸੀ ਤਾਂ ਕਰਕੇ ਇਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਜਾਂ ਫਿਰ ਕਹਿ ਸਕਦੇ ਲੈਂਡ ਆਫ 5 ਰਿਵਰਸ ਕਿਹਾ ਜਾਂਦਾ ਸੀ। ਜੇ ਅੱਜ ਦੇ ਮੌਜੂਦਾ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਸਿਰਫ ਸਤਲੁਜ, ਰਾਵੀ ਅਤੇ ਬਿਆਸ ਹੀ ਵਹਿੰਦੇ ਨੇ, ਅਤੇ ਜਿਹੜੇ ਦੋ ਦਰਿਆ ਰਹਿ ਗਏ ਜੇਹਲਮ ਅਤੇ ਚਨਾਬ, ਉਹ ਪਾਕਿਸਤਾਨ ਵਾਲੇ ਪੰਜਾਬ 'ਚ ਵਹਿੰਦੇ ਨੇ, ਭਾਰਤ ਵਾਲੇ ਪੰਜਾਬ 'ਚ ਨਹੀਂ ਵਹਿੰਦੇ। ਹੁਣ ਗੱਲ ਕਰਦੇ ਹਾਂ ਕਿ ਇੰਪੋਰਟੈਂਟ ਕੁਸ਼ਚਨ, ਕਿ ਜਿਹੜਾ ਪੰਜਾਬ ਵਰਡ ਹੈ ਉਹਦਾ ਰੈਫਰੈਂਸ ਕਿੱਥੋਂ ਆਇਆ, ਉਹ ਕਿੰਨਾ ਪੁਰਾਣਾ ਵਰਡ ਹੈ, ਕਿੰਨੀ ਕੁ ਦੇਰ ਪਹਿਲਾਂ ਇਹਨੂੰ ਵਰਤਿਆ ਗਿਆ। ਤਾਂ ਬਹੁਤ ਸਾਰੇ ਸੋਰਸਿਸ ਅਲੱਗ ਅਲੱਗ ਚੀਜ਼ਾਂ ਲਿਖਦੇ ਨੇ। ਕੋਈ ਐਲਬੂਰਨੀ ਜੋ 11ਵੀਂ ਸਦੀ ਵਿੱਚ ਭਾਰਤ ਵਿੱਚ ਆਇਆ ਸੀ ਉਹਦੀ ਗੱਲ ਲਿਖਦਾ ਹੈ, ਅਤੇ ਕੋਈ ਅਮੀਰ ਖੁਸਰੋ ਦੀ ਵੀ ਗੱਲ ਲਿਖਦਾ ਹੈ ਜੋ 15ਵੀਂ ਸਦੀ ਵਿੱਚ ਭਾਰਤ ਵਿੱਚ ਸੀ। ਤਾਂ ਪਰ ਪੰਜਾਬ ਦੇ ਜਿਹੜੇ ਆਫਿਸ਼ੀਅਲ ਰਿਸੋਰਸ ਨੇ ਉਹ ਕਹਿੰਦੇ ਨੇ ਈਬਨ ਬਤੂਤਾ, ਜਿਹੜੀ ਫਸਟ ਡਾਕੂਮੈਂਟੇਸ਼ਨ ਹੈ ਪੰਜਾਬ ਵਰਡ ਦੀ, ਉਹ ਈਬਨ ਬਤੂਤਾ ਦੇ ਡਾਕੂਮੈਂਟਸ 'ਚੋਂ ਮਿਲਦੀ ਹੈ। ਅਤੇ ਇੱਦੋਂ ਬਾਅਦ ਇਹ ਯੂਜ਼ ਹੋਣਾ ਸ਼ੁਰੂ ਹੋ ਗਿਆ 14ਵੀਂ ਸਦੀ ਦੇ ਵਿੱਚ। ਜਿਹੜਾ ਈਬਨ ਬਤੂਤਾ ਸੀ ਉਹ ਪੰਜਾਬ ਦੇ ਵਿੱਚ 14ਵੀਂ ਸਦੀ ਵਿੱਚ ਆਇਆ ਸੀ। ਅਤੇ ਉਸ ਤੋਂ ਬਾਅਦ ਜੇ ਆਪਾਂ 16ਵੀਂ ਸਦੀ ਦੀ ਗੱਲ ਕਰੀਏ ਤਾਂ 16ਵੀਂ ਸਦੀ ਦੀ ਕਿਤਾਬ ਹੈ ਤਰੀਕੇ ਸ਼ੇਰ ਸ਼ਾਹ ਸੂਰੀ, ਇਸ ਦੇ ਵਿੱਚ ਵੀ ਆਪਾਂ ਨੂੰ ਪੰਜਾਬ ਵਰਡ ਦੇ ਰੈਫਰੈਂਸ ਮਿਲਦੇ ਨੇ। ਹੁਣ ਗੱਲ ਕਰਦੇ ਹਾਂ ਕਿ ਉਸ ਤੋਂ ਬਾਅਦ ਦੀ, ਤਾਂ ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਬੁੱਕ ਹੈ ਜਿਹਦਾ ਨਾਮ ਹੈ ਐਨ ਏ ਅਕਬਰੀ। ਐਨ ਏ ਅਕਬਰੀ ਬਹੁਤ ਇੰਪੋਰਟੈਂਟ ਕਿਤਾਬ ਇਸ ਕਰਕੇ ਹੈ ਕਿਉਂਕਿ ਇਸ 'ਤੇ UPSC ਕੁਸ਼ਚਨ ਪੁੱਛ ਚੁੱਕੀ ਹੈ, ਅਤੇ ਜਿਹੜੇ UPSC ਕੁਸ਼ਚਨ ਪੁੱਛਦੀ ਹੈ ਉਸ ਤੋਂ ਬਾਅਦ ਉਹੀ ਪੈਟਰਨ ਪੰਜਾਬ ਦੀ PPSC ਫੋਲੋ ਕਰਦੀ ਹੈ। ਤਾਂ ਇਹ ਬੁੱਕ ਜਿਹੜੀ ਹੈ ਐਨ ਏ ਅਕਬਰੀ, ਇਹ ਲਿਖੀ ਹੈ ਅਬੁਲ ਫੈਜ਼ਲ ਨੇ, ਇਹਨੂੰ ਯਾਦ ਕਰ ਲਿਓ। ਅਤੇ ਇਹਦੇ ਪਹਿਲੇ ਵੋਲਿਊਮ ਦੀ ਜੇ ਆਪਾਂ ਗੱਲ ਕਰੀਏ, Volume 1 ਸੀ ਜਿਹੜਾ, ਉਹਦੇ ਵਿੱਚ ਪੰਜਾਬ ਬਾਰੇ ਜ਼ਿਕਰ ਹੈ ਅਤੇ ਦੱਸਿਆ ਗਿਆ ਕਿ ਉਹਦੇ ਵਿੱਚ ਦੋ ਪ੍ਰੋਵਿੰਸਿਸ ਮੇਨ ਸੀ, ਇੱਕ ਲਾਹੌਰ, ਦੂਜੀ ਮੁਲਤਾਨ, ਜਿਹੜੀ ਅੱਜ ਦੇ ਪਾਕਿਸਤਾਨ ਦੇ ਪੰਜਾਬ 'ਚ ਹੈ। ਅਤੇ ਉਸ ਤੋਂ ਇਲਾਵਾ ਜਿਹੜੇ ਇਸਦਾ ਸੈਕਿੰਡ ਵੋਲਿਊਮ ਹੈ ਇਸੇ ਬੁੱਕ ਦਾ ਐਨ ਏ ਅਕਬਰੀ ਦਾ, ਉਸਦੇ ਵਿੱਚ ਇੱਕ ਚੈਪਟਰ ਹੈ ਜਿਹਦਾ ਨਾਮ ਹੈ ਪੰਜ ਨਦ। ਹੁਣ ਜਿਹੜਾ ਪੰਜ ਨਦ ਹੈ ਉਹ ਸੰਸਕ੍ਰਿਤ ਵਰਡ ਹੈ, ਉਹ ਸੰਸਕ੍ਰਿਤ ਇਕੁਵੀਲੈਂਟ ਹੈ ਪੰਜਾਬ ਵਰਡ ਦਾ, ਅਤੇ ਪੰਜ ਨਦ ਦਾ ਵੀ ਸੇਮ ਮਤਲਬ ਹੈ ਪੰਜ ਪਲੱਸ ਨਦੀਆਂ, ਦੈਟ ਇਜ਼ ਲੈਂਡ ਆਫ 5 ਰਿਵਰਸ। ਇਹਦਾ ਮਤਲਬ ਇਹ ਹੈ, ਜਿਹੜਾ ਵਰਡ ਪੰਜ ਨਦ ਹੈ ਇਹ ਆਪਾਂ ਨੂੰ ਮਹਾਭਾਰਤ ਦੇ ਵਿੱਚ ਵੀ ਲਿਖਿਆ ਹੋਇਆ ਮਿਲਦਾ ਹੈ, ਅਤੇ ਇਹਦਾ ਮਤਲਬ ਇਹ ਹੈ ਕਿ ਇਸ ਜਗ੍ਹਾ ਨੂੰ ਬਹੁਤ ਸਾਲ ਪਹਿਲਾਂ ਤੋਂ, ਬਹੁਤ ਸਦੀਆਂ ਪਹਿਲਾਂ ਤੋਂ ਐਜ਼ ਅ ਕੰਟਰੀ ਆਫ 5 ਰਿਵਰਸ ਦੇਖਿਆ ਜਾਂਦਾ ਸੀ। ਉਸ ਤੋਂ ਇਲਾਵਾ ਹੋਰ ਕੀ ਨਾਮ ਨੇ ਪੰਜਾਬ ਦੇ, ਰਿਗਵੇਦਾ ਦੇ ਵਿੱਚ ਪੰਜਾਬ ਨੂੰ ਸਪਤ ਸਿੰਧੂ ਲਿਖਿਆ ਜਾਂਦਾ ਹੈ, ਜਿਹਦੇ ਵਿੱਚ ਪੰਜ ਨਦੀਆਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਸੀ, ਉਹ ਤੋਂ ਇਲਾਵਾ ਇੱਕ ਨਦੀ ਇੰਦਸ ਅਤੇ ਦੂਜੀ ਨਦੀ ਘੱਗਰ। ਇਹ ਪੰਜ ਨਦੀਆਂ ਦੇ ਨਾਲ ਨਾਲ ਇਹ ਦੋ ਨਦੀਆਂ ਹੋਰ ਸੀ, ਅਤੇ ਇਹਨੂੰ ਸੱਤ ਨਦੀਆਂ ਦਾ ਦੇਸ਼ ਕਿਹਾ ਜਾਂਦਾ ਸੀ, ਸੱਤ ਸਮੁੰਦਰਾਂ ਦਾ ਦੇਸ਼ ਕਿਹਾ ਜਾਂਦਾ ਸੀ, ਤਾਂ ਕਰਕੇ ਇਹਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਉਸ ਤੋਂ ਇਲਾਵਾ ਤੁਹਾਨੂੰ ਪਤਾ ਹੋਊਗਾ ਕਿ ਅਲੈਗਜ਼ੈਂਡਰ ਆਇਆ ਸੀ ਪੰਜਾਬ ਦੇ ਵਿੱਚ 321 BC ਦੇ ਵਿੱਚ। ਤਾਂ ਜਦੋਂ ਅਲੈਗਜ਼ੈਂਡਰ ਆਇਆ ਉਹਨੂੰ, ਉਹ ਆਪਾਂ ਕਹਿੰਦੇ ਹਾਂ ਕਿ ਜਦੋਂ ਗ੍ਰੀਕਸ ਇੰਡੀਆ ਦੇ ਵਿੱਚ ਆਏ, ਤਾਂ ਗ੍ਰੀਕ ਸ਼ਬਦ ਦੇ ਕਿਤਾਬਾਂ ਦੇ ਵਿੱਚ ਪੰਜਾਬ ਨੂੰ ਪੈਂਟੋ ਪਟਾਮੀਆ ਲਿਖਦੇ ਹਨ, ਜਿਹਦਾ ਮਤਲਬ ਵੀ ਸੇਮ ਹੈ, ਪੈਂਟੋ ਮਤਲਬ 5, ਪਟਾਮੀਆ ਮਤਲਬ ਰਿਵਰਸ। ਉਸ ਤੋਂ ਇਲਾਵਾ ਜਿਹੜੇ ਇੰਡੀਆ ਦੇ ਪੁਰਾਣ ਨੇ ਅਤੇ ਮਹਾਭਾਰਤ ਹੈ ਉਹਦੇ ਵਿੱਚ ਇਹਨੂੰ ਪੰਜ ਨਦ ਕਿਹਾ ਜਾਂਦਾ ਹੈ, ਜਿਹੜਾ ਸੰਸਕ੍ਰਿਤ ਵਰਡ ਹੈ ਇਸ ਵਾਸਤੇ। ਅਤੇ ਦੈਨ ਇੱਕ ਮਹਾਭਾਰਤ ਦੇ ਵਿੱਚ ਇੱਕ ਹੋਰ ਦੇਸ਼ ਦਾ ਵੀ ਵਰਣਨ ਹੈ ਜਿਹਦਾ ਨਾਮ ਹੈ ਮਦਰ ਦੇਸ਼। ਅਤੇ ਮਦਰ ਦੇਸ਼ ਕੀ ਹੈ ਹੁਣ, ਇਹ ਇੱਕ ਬਹੁਤ ਵੱਡਾ ਦੇਸ਼ ਸੀਗਾ ਮਹਾਭਾਰਤ ਦੇ ਟਾਈਮ 'ਤੇ, ਜਿਹਦੇ ਵਿੱਚ ਹਿੰਦੂ ਕੁਸ਼ ਦੀਆਂ ਪਹਾੜੀਆਂ ਨੇ, ਜਿਹੜੀਆਂ ਸੈਂਟਰਲ ਏਸ਼ੀਆ ਦੇ ਵਿੱਚ ਨੇ ਹਿੰਦੂ ਕੁਸ਼ ਦੀਆਂ ਪਹਾੜੀਆਂ, ਉੱਥੋਂ ਦੀ ਲੈ ਕੇ ਇਹ ਹਰਿਆਣੇ ਤੱਕ ਫੈਲਿਆ ਹੋਇਆ ਵੱਡਾ ਦੇਸ਼ ਸੀ, ਅਤੇ ਪੰਜਾਬ ਇਹਦਾ ਬਹੁਤ ਵੱਡਾ ਪਾਰਟ ਸੀ, ਬਹੁਤ ਵੱਡਾ ਸੂਬਾ ਸੀ। ਹੁਣ ਗੱਲ ਕਰਦੇ ਹਾਂ ਪੰਜਾਬ ਦੀ ਲੋਕੇਸ਼ਨ ਦੀ, ਕਿ ਪੰਜਾਬ ਕਿੱਥੇ ਲਾਈ ਕਰਦਾ। ਜੇ ਤੁਸੀਂ ਪੰਜਾਬ ਦੀ ਲੋਕੇਸ਼ਨ ਇੰਡੀਆ ਦੇ ਮੈਪ 'ਤੇ ਦੇਖੋ ਤਾਂ ਇਹਦੇ ਖੱਬੇ ਪਾਸੇ ਪਾਕਿਸਤਾਨ ਹੈ, ਉੱਤਰੀ ਸਾਈਡ ਜੰਮੂ ਕਸ਼ਮੀਰ ਹੈ, ਅਤੇ ਸੱਜੀ ਸਾਈਡ ਨੌਰਥ ਈਸਟ ਵਾਲੀ ਸਾਈਡ ਹਿਮਾਚਲ ਪ੍ਰਦੇਸ਼ ਹੈ, ਅਤੇ ਸਾਊਥ 'ਚ ਇੱਕ ਪਾਸੇ
ਰਾਜਸਥਾਨ ਹੈ ਅਤੇ ਦੂਜੇ ਪਾਸੇ ਹਰਿਆਣਾ। ਤਾਂ ਇਹਦਾ ਮਤਲਬ ਪੰਜਾਬ ਦਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਹੈ, ਇੰਟਰਨੈਸ਼ਨਲ ਬਾਰਡਰ, ਅਤੇ ਸਟੇਟ ਬਾਰਡਰ J&K ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦਾ। ਅਤੇ ਉਸ ਤੋਂ ਇਲਾਵਾ ਗੱਲ ਕਰਦੇ ਹਾਂ ਲੋਂਗੀਟਿਊਡ ਲੈਟੀਟਿਊਡ ਦੀ। ਹੁਣ ਲੈਟੀਟਿਊਡਸ ਕੀ ਹੁੰਦੀਆਂ? ਲੈਟੀਟਿਊਡਸ ਨੂੰ ਤੁਸੀਂ ਇੱਦਾਂ ਯਾਦ ਰੱਖ ਸਕਦੇ ਹੋ ਕਿ ਲੇਟੀਆਂ ਹੋਈਆਂ ਲਾਈਨਾਂ ਜੋ ਧਰਤੀ ਦੇ ਸਾਰੇ ਆਲੇ ਦੁਆਲੇ ਆਪਾਂ ਖਿੱਚੀਆਂ ਹੋਈਆਂ ਨੇ, ਤਾਂ ਇਹਨਾਂ ਲਾਈਨਾਂ ਦੀ ਇਹ ਡਾਇਰੈਕਸ਼ਨ ਹੁੰਦੀ ਹੈ ਅਤੇ ਇਹ ਨੌਰਥ ਸਾਊਥ ਫੋਰਮ 'ਚ ਹੁੰਦੀਆਂ ਨੇ ਕਿ ਕਿੰਨਾ ਨੌਰਥ ਐਂਗਲ 'ਤੇ ਹੈ ਜਾਂ ਕਿੰਨਾ ਸਾਊਥ 'ਤੇ ਹੈ। ਤਾਂ ਜੇ ਪੰਜਾਬ ਦੀ ਗੱਲ ਕਰੀਏ ਇਹ 29°30' ਨੌਰਥ ਤੋਂ ਲੈ ਕੇ 32°32' ਤੱਕ ਨੌਰਥ ਹੈ, ਮਤਲਬ ਆਹ ਲਾਈਨ ਜਿਹੜੀ ਹੈ ਉਹ 29°29' ਨੌਰਥ ਹੈ, 29°30' ਨੌਰਥ ਹੈ, ਅਤੇ ਜਿਹੜੀ ਆਹ ਲਾਈਨ ਹੈ ਉਹ 32°32' ਨੌਰਥ ਹੈ। ਇਹ ਕਿਸੇ ਵੀ ਪੇਪਰ 'ਚ ਪੰਜਾਬ ਦੇ ਪੁੱਛੀ ਜਾ ਸਕਦੀ ਹੈ। ਅਤੇ ਜੇ ਲੌਂਗੀਟਿਊਡਸ ਦੀ ਗੱਲ ਕਰੀਏ ਤਾਂ ਇਹ ਵਾਲੀਆਂ ਲਾਈਨਾਂ ਹੁੰਦੀਆਂ ਨੇ, ਠੀਕ ਹੈ, ਇਹ ਵੀ ਧਰਤੀ ਪੂਰੀ ਧਰਤੀ ਦੁਆਲੇ ਨੇ ਅਤੇ ਇਹ ਈਸਟ ਵੈਸਟ ਦੱਸਦੀਆਂ ਨੇ ਕਿ ਇਹ ਧਰਤੀ ਤੋਂ ਕਿੰਨੀ ਈਸਟ ਜਾਂ ਵੈਸਟ ਨੇ। ਤਾਂ ਜੇ ਪੰਜਾਬ ਦੀ ਗੱਲ ਕਰੀਏ 73°55' ਈਸਟ ਤੋਂ ਲੈ ਕੇ 76°50' ਈਸਟ ਤੱਕ ਹੈ। ਤਾਂ ਦੇਖਿਆ ਜਾਵੇ ਤਾਂ ਦੋਨੋਂ ਪਾਸੇ ਅਰਾਊਂਡ 3° ਦਾ ਫਰਕ ਹੈ, 29 ਤੋਂ ਲੈ ਕੇ 32 ਤੱਕ ਅਤੇ 73 ਤੋਂ ਲੈ ਕੇ 76 ਤੱਕ। ਤਾਂ ਪੰਜਾਬ ਨੌਰਥ ਵੱਲ ਨੂੰ ਵੀ 3° 'ਚ ਫੈਲਿਆ ਹੋਇਆ ਅਤੇ ਈਸਟ ਵੱਲ ਨੂੰ ਵੀ 3° 'ਚ ਫੈਲਿਆ ਹੋਇਆ ਹੈ। ਹੁਣ ਗੱਲ ਕਰਦੇ ਹਾਂ ਪੰਜਾਬ ਦੀ ਜੋਗ੍ਰਾਫੀਕਲ ਇਨਫੋਰਮੇਸ਼ਨ ਦੀ ਕਿ ਪੰਜਾਬ ਦੀ ਕੀ ਭੂਗੋਲਿਕ ਇਨਫੋਰਮੇਸ਼ਨ ਹੈ। ਤਾਂ ਪੰਜਾਬ ਦੀ ਪਹਿਲੇ ਨੰਬਰ 'ਤੇ ਗੱਲ ਕਰੀ ਜਾਵੇ ਏਰੀਏ ਦੀ, ਤਾਂ ਪੰਜਾਬ ਇੱਕ ਬਹੁਤ ਵੱਡਾ ਸੂਬਾ ਹੈ, ਦੋ ਇੰਡੀਆ ਦੇ ਕੰਪੈਰੀਜ਼ਨ 'ਚ ਛੋਟਾ ਕਹਿ ਸਕਦੇ ਹੋ। ਤਾਂ ਇਹਦਾ ਏਰੀਆ ਹੈ 50,362 ਸਕੇਅਰ ਕਿਲੋਮੀਟਰ। ਇਹ ਤੁਸੀਂ ਯਾਦ ਰੱਖਣਾ ਹੈ ਕਿ ਅਰਾਊਂਡ 50,000 ਦੇ ਕਰੀਬ, 50,000 ਸਕੇਅਰ ਕਿਲੋਮੀਟਰ ਦੇ ਕਰੀਬ ਏਰੀਆ ਹੈ ਪੰਜਾਬ ਦਾ। ਇਹਨੂੰ ਮੀਲਾਂ 'ਚ ਵੀ ਯਾਦ ਕਰ ਸਕਦੇ ਹੋ, 19,445 ਸਕੇਅਰ ਮੀਲ। ਹੁਣ ਗੱਲ ਕਰਦੇ ਹਾਂ ਪੰਜਾਬ ਦੇ ਰੂਰਲ ਏਰੀਆ ਦੀ। ਜਿਵੇਂ ਕਿ ਤੁਸੀਂ ਸੁਣਿਆ ਹੀ ਹੋਣਾ ਕਿ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ, ਤਾਂ ਇਹ ਬਿਲਕੁਲ ਸਹੀ ਹੈ ਕਿਉਂਕਿ 48,265 ਸਕੇਅਰ ਕਿਲੋਮੀਟਰ ਏਰੀਆ ਪੰਜਾਬ ਦਾ ਪਿੰਡਾਂ ਦਾ ਹੈ, ਯਾਨੀ ਅਰਾਊਂਡ 96% ਪੰਜਾਬ ਦਾ ਏਰੀਆ ਪਿੰਡਾਂ ਦਾ ਏਰੀਆ। ਅਤੇ ਉਸ ਤੋਂ ਇਲਾਵਾ ਜੇ ਸ਼ਹਿਰੀ ਏਰੀਆ ਦੀ ਗੱਲ ਕਰੀਏ, ਅਰਬਨ ਏਰੀਆ ਦੀ, ਉਹ ਸਿਰਫ 2,097 ਸਕੇਅਰ ਕਿਲੋਮੀਟਰ ਹੈ, ਯਾਨੀ ਕਿ ਪੰਜਾਬ ਦਾ ਸਿਰਫ 4% ਹਿੱਸਾ ਹੀ ਸ਼ਹਿਰੀ ਹੈ। ਦੈਨ ਗੱਲ ਕਰਦੇ ਹਾਂ ਐਵਰੇਜ ਐਲੀਵੇਸ਼ਨ ਦੀ। ਐਲੀਵੇਸ਼ਨ ਕੀ ਹੁੰਦਾ? ਕਿ ਸਮੁੰਦਰ ਤਲ ਹੈ ਜਿਹੜਾ, ਉਹ ਤੋਂ ਕਿਸੇ ਵੀ ਜਗ੍ਹਾ ਦੀ ਕਿੰਨੀ ਹਾਈਟ ਹੈ, ਕਿੰਨੀ ਉੱਚਾਈ ਹੈ। ਤਾਂ ਜੇ ਪੰਜਾਬ ਦੀ ਗੱਲ ਕਰੀਏ, ਇਹਦੀ ਐਵਰੇਜ ਐਲੀਵੇਸ਼ਨ, ਐਵਰੇਜ ਉੱਚਾਈ ਸਮੁੰਦਰ ਤਲ ਤੋਂ ਉਹ ਹੈਗੀ ਅਰਾਊਂਡ 300 ਮੀਟਰ, ਠੀਕ ਹੈ। ਅਤੇ ਉਸ ਤੋਂ ਇਲਾਵਾ ਜੋ ਐਲੀਵੇਸ਼ਨ ਰੇਂਜ ਦੀ ਗੱਲ ਕਰੀਏ, ਇਹ ਤਾਂ ਐਵਰੇਜ ਹੈ ਕਿ ਔਸਤਨ ਕਿੰਨੀ ਪੈਂਦੀ ਹੈ, ਪਰ ਜੇ ਘੱਟੋ ਘੱਟ ਦੀ ਗੱਲ ਕਰੀਏ ਤਾਂ ਸਭ ਤੋਂ ਨੀਚਲਾ ਪੋਰਸ਼ਨ ਪੰਜਾਬ ਦਾ ਸਾਊਥ ਵੈਸਟ ਕਨੀਆ ਫਜ਼ਿਲਕਾ ਕਨੀ 180 ਮੀਟਰ 'ਤੇ ਹੈ। ਅਤੇ ਜੇ ਸਭ ਤੋਂ ਉੱਚਾਈ ਦੀ ਗੱਲ ਕਰੀਏ, ਪੰਜਾਬ ਦਾ ਸਭ ਤੋਂ ਉੱਚਾ ਏਰੀਆ ਕਿਹੜਾ? ਉਹ ਨੌਰਥ ਈਸਟ ਕਨੀ ਹੈ, ਜਿੱਧਰ ਪਠਾਨਕੋਟ ਹੁਸ਼ਿਆਰਪੁਰ ਨੇ, ਇਹ 'ਤੇ ਅਰਾਊਂਡ 500 ਮੀਟਰ ਦੇ ਕਰੀਬ ਹੈ। ਹੁਣ ਇੱਕ ਇੰਪੋਰਟੈਂਟ ਚੀਜ਼ ਡਿਸਕਸ ਕਰਦੇ ਹਾਂ, ਐਂਬਲਮ ਆਫ ਪੰਜਾਬ, ਜਿਹੜੇ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਦੇਖੋ ਭਾਰਤ ਦਾ ਐਂਬਲਮ ਸਾਰਿਆਂ ਨੂੰ ਪਤਾ, ਲਾਇਨ ਕੈਪੀਟਲ ਆਫ ਅਸ਼ੋਕ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਲਾਇਨ ਕੈਪੀਟਲ ਆਫ ਅਸ਼ੋਕ ਤਾਂ ਹੈਗਾ ਹੀ ਹੈਗਾ, ਜਿਹੜਾ ਭਾਰਤ ਦਾ ਐਂਬਲਮ ਹੈ। ਉਹ ਤੋਂ ਇਲਾਵਾ ਇਹਦੇ ਵਿੱਚ ਆਹ ਦੇਖੋ, ਉਰੇ ਇੱਕ ਵੀਟ ਸਟੈਮ ਹੈ, ਤਾਂ ਇਹਨੂੰ ਕਿਹਾ ਜਾਂਦਾ ਕਿ ਪੰਜਾਬ ਦੀ ਕ੍ਰੈਸਟ 'ਚ ਇੱਕ ਵੀਟ ਸਟੈਮ ਹੈ। ਅਤੇ ਉਹ ਤੋਂ ਇਲਾਵਾ ਨੀਚੇ ਆ ਦੇਖੋ, ਦੋ ਸਵਾਰਡਸ ਬਣੀਆਂ ਹੋਈਆਂ ਨੇ। ਤਾਂ ਇਹਦਾ ਕਿਹਾ ਜਾਂਦਾ ਕਿ ਪੰਜਾਬ ਦੇ ਐਂਬਲਮ ਦੇ ਸਪੋਰਟਰ ਕੌਣ ਨੇ? ਦੋ ਕ੍ਰੋਸਡ ਸਵਾਰਡਸ। ਤਾਂ ਇਹਨੂੰ ਯਾਦ ਰੱਖਣਾ ਹੈ ਕਿ ਪੰਜਾਬ ਦਾ ਬਲੇਜ਼ਨ ਹੈ ਜਿਹੜਾ ਮੇਨ ਹਿੱਸਾ ਹੈ, ਉਹ ਲਾਈਨ ਕੈਪੀਟਲ ਆਫ ਅਸ਼ੋਕ ਹੈ। ਸਿਰ 'ਤੇ ਉਹਦੇ ਕੰਨੀ ਕ੍ਰੈਸਟ ਜਿਹਨੂੰ ਕਹਿੰਦੇ ਆ, ਉਹਦਾ ਵੀਟ ਸਟੈਮ ਹੈ। ਅਤੇ ਜੇ ਆਪਾਂ ਸਪੋਰਟਰਸ ਦੀ ਗੱਲ ਕਰੀਏ, ਥੱਲੇ ਕੀ ਚੀਜ਼ ਹੈ ਜਿਹੜੀ ਨੂੰ ਸਪੋਰਟ ਕਰ ਰਹੀ ਉਹ ਹੈ ਕ੍ਰੋਸਡ ਸਵਾਰਡਸ। ਹੁਣ ਗੱਲ ਕਰਦੇ ਹਾਂ ਪੰਜਾਬ ਦੇ ਸਟੇਟ ਸਿੰਬਲਸ ਦੀ। ਇਹ ਬਹੁਤ ਇੰਪੋਰਟੈਂਟ ਹੈ ਸਟੇਟ ਸਿੰਬਲਸ। ਦੇਖੋ ਪੰਜਾਬ ਦਾ ਜਿਹੜਾ ਸਟੇਟ ਬਰਡ ਹੈ ਉਹ ਹੈਗਾ ਬਾਜ। ਹੁਣ ਬਾਜ ਤਾਂ ਸਭ ਨੂੰ ਯਾਦ ਰਹਿ ਜਾਂਦਾ, ਤਾਂ ਕਰਕੇ ਉਹ ਪੇਪਰ ਵਿੱਚ ਤੁਹਾਨੂੰ ਬਾਜ ਨਹੀਂ ਪੁੱਛਣਗੇ, ਉਹ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਕੁਸ਼ਚਨ ਪੁੱਛਣਗੇ, ਜਿਵੇਂ ਆਪਸ਼ਨਾਂ 'ਚ ਦੇ ਦੇਣਗੇ ਤੁਹਾਨੂੰ ਟਰੂ ਹੌਕ ਹੈ ਪੰਜਾਬ ਦਾ ਸਟੇਟ ਬਰਡ, ਜਾਂ ਫਿਰ ਗੁਸ਼ਾਕ ਹੈ ਸਟੇਟ ਪੰਜਾਬ ਦਾ ਸਟੇਟ ਬਰਡ, ਜਾਂ ਫਿਰ ਜੇ ਆਪਾਂ ਗੱਲ ਕਰੀਏ ਤਾਂ ਇੱਕ ਜੂਲੋਜੀਕਲ ਨਾਮ ਹੁੰਦਾ ਹੈ, ਜਾਂ ਫਿਰ ਜਿਹਨੂੰ ਸਾਇੰਟੀਫਿਕ ਨਾਮ ਕਹਿੰਦੇ ਨੇ, ਦੈਟ ਇਜ਼ ਅਸਿਪਟੀਅਰ ਜੈਂਟੀਲਿਸ। ਪੰਜਾਬ ਦਾ ਜਿਹੜਾ ਸਟੇਟ ਬਰਡ ਹੈ ਉਹ ਹੈ ਅਸਿਪਟੀਅਰ ਜੈਂਟੀਲਿਸ। ਜੇ ਗੱਲ ਕਰੋ ਸਟੇਟ ਐਨੀਮਲ ਦੀ, ਕਿ ਸਟੇਟ ਦਾ ਜਾਨਵਰ ਕਿਹੜਾ ਹੈ, ਉਹ ਹੈ ਬਲੈਕ ਬਕ, ਜਿਹਨੂੰ ਆਪਾਂ ਕਾਲਾ ਹਿਰਨ ਵੀ ਕਹਿੰਦੇ ਹਾਂ। ਅਤੇ ਇਹਦਾ ਜੇ ਜੂਲੋਜੀਕਲ ਨਾਮ ਦੇਖਿਆ ਜਾਵੇ, ਇਹ ਹੈ ਐਂਟੀਲੋਪ ਸਰਵੀ ਕਾਪਰਾ। ਇਹਨੂੰ ਯਾਦ ਰੱਖਣਾ ਤੁਸੀਂ। ਅਤੇ ਦੈਨ ਪੰਜਾਬ ਦੇ ਸਟੇਟ ਟ੍ਰੀ, ਕਿ ਪੰਜਾਬ ਦਾ ਸਟੇਟ ਦਾ ਦਰਖਤ ਕਿਹੜਾ ਹੈ, ਉਹ ਹੈ ਟਾਹਲੀ। ਟਾਹਲੀ ਤੁਹਾਨੂੰ ਸਭ ਨੂੰ ਪਤਾ ਹੋਊਗਾ, ਪਰ ਪੇਪਰ ਦੇ ਵਿੱਚ ਟਾਹਲੀ ਨਹੀਂ ਪੁੱਛਿਆ ਜਾਊਗਾ। ਪੇਪਰ ਦੇ ਵਿੱਚ ਜਾਂ ਤਾਂ ਸਾਇੰਟੀਫਿਕ ਨਾਮ ਆਊਗਾ, ਜਿਹਨੂੰ ਜਿਹੜਾ ਹੈ ਡਲਬਰਜੀਆ ਸਿਸੋ, ਜਾਂ ਫਿਰ ਸ਼ੀਸ਼ਮ, ਜਾਂ ਫਿਰ ਇੰਡੀਅਨ ਰੋਜ਼ਵੁੱਡ ਵੀ ਕਹਿੰਦੇ ਨੇ ਇਹਨੂੰ।
ਹੁਣ ਗੱਲ ਕਰਦੇ ਹਾਂ ਇੱਕ ਨਵਾਂ ਸਟੇਟ ਸਿੰਬਲ ਐਡ ਹੋਇਆ ਪੰਜਾਬ ਦੇ ਵਿੱਚ, ਸਟੇਟ ਐਕੁਐਟਿਕ ਐਨੀਮਲ, ਕਿ ਦਰਿਆਵੀ ਜਾਨਵਰ ਕਿਹੜਾ ਪੰਜਾਬ ਦਾ ਸਟੇਟ ਦਾ ਆਪਦਾ ਹੈ। ਤਾਂ ਇਹ 2 ਫਰਵਰੀ 2019 ਨੂੰ ਹੀ ਐਡ ਕੀਤਾ ਗਿਆ, ਅਤੇ ਇਨ ਕਿਹੜਾ ਹੈ, ਇੰਦਸ ਰਿਵਰ ਡੋਲਫਿਨ, ਜਿਹੜਾ ਪੰਜਾਬ ਦੇ ਬਿਆਸ ਨਦੀ ਵਿੱਚ ਮਿਲਦਾ ਹੈ, ਇੰਦਸ ਰਿਵਰ ਡੋਲਫਿਨ। ਅਤੇ ਇਹਦਾ ਸਾਇੰਟਿਫਿਕ ਨੇਮ ਕੀ ਹੈ, ਪਲਾਟਾਂਸੀਟਾ ਮਾਈਨਰ। ਅਤੇ ਉਹਦੀ ਫੋਟੋ ਹੈ। ਦੈਨ ਗੱਲ ਕਰਦੇ ਹਾਂ ਪੰਜਾਬ ਬਾਰੇ ਕੁਛ ਜਨਰਲ ਇਨਫੋਰਮੇਸ਼ਨ ਦੀ, ਕਿ ਪੰਜਾਬ ਦੀ ਜਨਰਲ ਇਨਫੋਰਮੇਸ਼ਨ ਕੀ ਹੈ। ਦੇਖੋ, ਪੰਜਾਬ ਦੀ ਕੈਪੀਟਲ ਹੈ ਉਹ ਹੈ ਚੰਡੀਗੜ੍ਹ। ਪੰਜਾਬ ਦੀ ਸਟੇਟ ਲੈਂਗੁਏਜ ਕਿਹੜੀ ਹੈ, ਪੰਜਾਬੀ। ਜਿਵੇਂ ਇੰਡੀਆ ਦੀ ਆਪਾਂ ਸੁਣਦੇ ਹਾਂ ਨੈਸ਼ਨਲ ਲੈਂਗੁਏਜ ਹੈ, ਉਵੇਂ ਪੰਜਾਬ ਦੀ ਸਟੇਟ ਲੈਂਗੁਏਜ ਹੈ। ਪਰ ਉਹਦੇ ਤੁਹਾਨੂੰ ਮੈਂ ਥੋੜ੍ਹੀ ਜਾਣਕਾਰੀ ਵਾਸਤੇ ਦੱਸਦਾ ਕਿ ਇੰਡੀਆ ਦੀ ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂ ਹੈ। ਇੰਡੀਆ ਦੇ ਕੇਸ ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਆਪਾਂ ਕਹਿੰਦੇ ਹਾਂ ਆਫੀਸ਼ੀਅਲ ਲੈਂਗੁਏਜ, ਕਿ ਇੰਡੀਆ ਦੀ ਹੈ ਆਫੀਸ਼ੀਅਲ ਲੈਂਗੁਏਜ ਇੱਕ ਹਿੰਦੀ ਹੈ ਅਤੇ ਦੂਜੀ ਇੰਗਲਿਸ਼ ਹੈ। ਇੰਡੀਆ ਦੀ ਕੋਈ ਵੀ ਨੈਸ਼ਨਲ ਲੈਂਗੁਏਜ ਨਹੀਂ ਹੈ। ਪਰ ਜਿਹੜੀ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਇੱਕ ਸਟੇਟ ਲੈਂਗੁਏਜ ਹੈ, ਦੈਟ ਇਜ਼ ਪੰਜਾਬੀ। ਇਹ ਪੰਜਾਬ ਦੀ ਆਫੀਸ਼ੀਅਲ ਲੈਂਗੁਏਜ ਵੀ ਨਾਲ ਹੀ ਹੈ। ਹੁਣ ਗੱਲ ਕਰਦੇ ਹਾਂ ਪੰਜਾਬ ਦਾ ਸੈਕਰੀਟੇਰੀਏਟ। ਪੰਜਾਬ ਦਾ ਸੈਕਰੀਟੇਰੀਏਟ ਉਹਦੀ ਕੈਪੀਟਲ 'ਚ ਹੈ, ਚੰਡੀਗੜ੍ਹ 'ਚ। ਦੈਨ ਪੰਜਾਬ ਦੇ ਹਾਈ ਕੋਰਟ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਇਕੱਠਾ ਹਾਈ ਕੋਰਟ ਹੈ, ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜਿਹੜਾ ਕਿੱਥੇ ਹੈ, ਚੰਡੀਗੜ੍ਹ ਦੇ ਵਿੱਚ। ਦੈਨ ਪੰਜਾਬ ਦਾ ਚੀਫ ਮਿਨਿਸਟਰ, ਦੈਟ ਇਜ਼ ਕੈਪਟਨ ਅਮਰਿੰਦਰ ਸਿੰਘ। ਦੈਨ ਪੰਜਾਬ ਦਾ ਗਵਰਨਰ, ਬਹੁਤੇ ਬੱਚਿਆਂ ਨੂੰ ਚੀਫ ਮਿਨਿਸਟਰ ਦਾ ਯਾਦ ਹੁੰਦਾ ਪਰ ਗਵਰਨਰ ਭੁੱਲ ਜਾਂਦੇ ਨੇ। ਗਵਰਨਰ ਆਪਣੇ ਪੰਜਾਬ ਦਾ VP ਸਿੰਘ ਬਦਨੌਰ। ਦੈਨ ਲੈਜਿਸਲੇਚਰ, ਹੁਣ ਪੰਜਾਬ ਦਾ ਲੈਜਿਸਲੇਚਰ ਕਿਹਾ ਜਾਏ। ਦੇਖੋ, ਕਈ ਜਿਵੇਂ ਸੈਂਟਰ ਦੇ ਵਿੱਚ ਹੈ ਲੋਕ ਸਭਾ, ਰਾਜ ਸਭਾ, ਉਵੇਂ ਸਟੇਟਾਂ ਦੇ ਵਿੱਚ ਹੀ ਹੁੰਦਾ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਪਰ ਪੰਜਾਬ ਦੇ ਕੇਸ ਦੇ ਵਿੱਚ ਵਿਧਾਨ ਪਰਿਸ਼ਦ ਨਹੀਂ ਹੈ, ਸਿਰਫ ਵਿਧਾਨ ਸਭਾ ਹੈ, ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਸਟੇਟ ਲੈਜਿਸਲੇਟਿਵ ਅਸੈਂਬਲੀ। ਤਾਂ ਪੰਜਾਬ ਦੇ ਕੇਸ ਦੇ ਵਿੱਚ ਵਿਧਾਨ ਪਰਿਸ਼ਦ ਨਹੀਂ ਹੈ, ਅਤੇ ਇਹਦਾ ਮਤਲਬ ਇੱਕੋ ਹਾਊਸ ਹੈ, ਤਾਂ ਇਹਨੂੰ ਆਪਾਂ ਕਹਿੰਦੇ ਯੂਨੀਕੈਮਰਲ। ਯੂਨੀ ਮਤਲਬ ਇੱਕ ਹੀ। ਦੈਨ ਪੰਜਾਬ ਦਾ ਜਿਹੜਾ ਸਟੇਟ ਲੈਜਿਸਲੇਟਿਵ ਅਸੈਂਬਲੀ ਹੈ, ਉਹਦੀਆਂ ਹੈਗੀਆਂ ਨੇ 117 ਸੀਟਾਂ। ਅਤੇ ਹੁਣ ਜੇ ਆਪਾਂ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਕਰੀਏ, ਜਿਹੜੀਆਂ ਸੈਂਟਰ ਦੇ ਵਿੱਚ ਨੇ, ਉਹ ਹੈਗੀਆਂ 13 ਸੀਟਾਂ। ਅਤੇ ਜੇ ਪੰਜਾਬ ਦੀ ਰਾਜ ਸਭਾ ਸੀਟਸ ਦੀ ਗੱਲ ਕਰੀਏ, ਉਹ ਹੈਗੀਆਂ ਨੇ 7 ਸੀਟਾਂ। ਹੁਣ ਗੱਲ ਕਰਦੇ ਹਾਂ ਸੈਂਸਸ 2011 'ਚ ਜੋ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਮਿਲੀ ਉਹਨਾਂ ਦੀ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ 2021 ਦਾ ਜਦੋਂ ਤੱਕ ਸੈਂਸਸ ਨਹੀਂ ਆਉਂਦਾ, ਤਦ ਤੱਕ ਸਵਾਲ ਪੰਜਾਬ ਦੇ 2011 ਵਾਲੇ ਸੈਂਸਸ 'ਤੇ ਹੀ ਆਉਣਗੇ। ਹੁਣ ਪੰਜਾਬ ਦੀ ਪਹਿਲਾਂ ਗੱਲ ਕਰਦੇ ਹਾਂ ਟੋਟਲ ਪਾਪੂਲੇਸ਼ਨ ਦੀ। ਟੋਟਲ ਪਾਪੂਲੇਸ਼ਨ ਹੈਗੀ ਹੈ 2.77 ਕਰੋੜ, ਜਾਂ ਫਿਰ ਜੇ ਲੱਖਾਂ ਦੇ ਵਿੱਚ ਗੱਲ ਕਰੀਏ 277 ਕਰੋੜ 43 ਲੱਖ, 277 ਲੱਖ 43 ਹਜ਼ਾਰ। ਦੈਨ ਪੰਜਾਬ ਦੀ ਮੇਲ ਪਾਪੂਲੇਸ਼ਨ ਉਹ ਹੈਗੀ ਹੈ 146.39 ਲੱਖ, ਯਾਨੀ ਅਰਾਊਂਡ 52.8% ਜਿਹੜੀ ਸਟੇਟ ਦੀ ਪਾਪੂਲੇਸ਼ਨ ਹੈ ਉਹ ਮੇਲ ਨੇ, ਉਹ ਮਰਦ ਨੇ। ਦੈਨ ਪੰਜਾਬ ਦੀ ਫੀਮੇਲ ਪਾਪੂਲੇਸ਼ਨ ਦੀ ਗੱਲ ਕਰੀਏ, ਔਰਤਾਂ ਕਿੰਨੀਆਂ ਨੇ ਪੰਜਾਬ ਦੇ ਵਿੱਚ, ਉਹ ਹੈਗੀਆਂ ਨੇ 131.04 ਲੱਖ, ਜਾਂ ਫਿਰ 47.2% ਆਫ ਦੀ ਪਾਪੂਲੇਸ਼ਨ। ਤਾਂ ਤੁਸੀਂ ਦੇਖ ਸਕਦੇ ਹੋ ਕਿ ਅਰਾਊਂਡ 5% ਦਾ ਫਰਕ ਹੈ, 5.6% ਪਾਪੂਲੇਸ਼ਨ ਦਾ ਫਰਕ ਹੈ ਮੇਲ ਅਤੇ ਫੀਮੇਲ ਦੀ। ਦੈਨ ਗੱਲ ਕਰਦੇ ਹਾਂ ਰੂਰਲ ਪਾਪੂਲੇਸ਼ਨ ਦੀ, ਕਿ ਪਿੰਡਾਂ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ। ਤਾਂ ਰੂਰਲ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਅਰਾਊਂਡ ਪੰਜਾਬ ਦੇ ਵਿੱਚ 173.44 ਲੱਖ ਲੋਕ ਪਿੰਡਾਂ 'ਚ ਰਹਿੰਦੇ ਨੇ, ਯਾਨੀ 62.5% ਲੋਕ ਪਿੰਡਾਂ 'ਚ ਰਹਿਣ ਵਾਲੇ ਨੇ। ਜਦ ਆਪਾਂ ਨੇ ਏਰੀਆ ਪੜ੍ਹਿਆ ਸੀ ਪਿੰਡਾਂ ਦਾ, ਤਾਂ ਉਹ ਸਿਰਫ 4% ਸੀ, 96% ਸੀ। ਤਾਂ 96% ਏਰੀਏ ਦੇ ਵਿੱਚ ਪੰਜਾਬ ਦੇ ਸਿਰਫ 62% ਲੋਕ ਰਹਿੰਦੇ ਨੇ। ਅਤੇ ਜੇ ਆਪਾਂ ਸ਼ਹਿਰੀ ਪਾਪੂਲੇਸ਼ਨ ਦੀ ਗੱਲ ਕਰੀਏ, ਉਹ ਹੈ 103.9 ਲੱਖ, ਅਤੇ 4% ਜਿਹੜਾ ਸ਼ਹਿਰੀ ਏਰੀਆ ਉਹਦੇ ਵਿੱਚ 37% ਲੋਕ ਰਹਿੰਦੇ ਨੇ। ਹੁਣ ਗੱਲ ਕਰਦੇ ਡੈਂਸਿਟੀ ਆਫ ਪਾਪੂਲੇਸ਼ਨ ਦੀ, ਕਿ ਪੰਜਾਬ ਦੇ ਲੋਕਾਂ ਦੀ ਘਣਤਾ ਕਿੰਨੀ ਹੈ, ਕਿ 1 ਸਕੁਅਰ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ, ਤਾਂ ਉਹ ਹੈ 550। ਹੁਣ ਗੱਲ ਕਰਦੇ ਹਾਂ ਲਿਟਰੇਸੀ ਰੇਟ ਦੀ, ਕਿ ਕਿੰਨੇ ਲੋਕ ਪੜ੍ਹੇ ਲਿਖੇ ਨੇ। ਵੈਸੇ ਲਿਟਰੇਸੀ ਰੇਟ ਦਾ ਮਤਲਬ ਹੁੰਦਾ ਜਿਹੜਾ ਬੰਦਾ 7 ਸਾਲ ਤੋਂ ਉੱਤੇ ਹੈ ਅਤੇ ਉਹਨੂੰ ਕੋਈ ਇੱਕ ਲੈਂਗੁਏਜ ਪੜ੍ਹਨੀ ਅਤੇ ਲਿਖਣੀ ਆਉਂਦੀ ਹੈ। 7 ਸਾਲ ਤੋਂ ਉੱਤੇ ਹੈ ਅਤੇ ਇੱਕ ਲੈਂਗੁਏਜ ਪੜ੍ਹਨੀ ਅਤੇ ਲਿਖਣੀ ਆਉਂਦੀ ਹੈ, ਇਹੋ ਜਿਹੇ ਲੋਕ ਪੰਜਾਬ ਦੇ 75.8% ਲੋਕ ਨੇ। ਹੁਣ ਗੱਲ ਕਰਦੇ ਹਾਂ ਮਰਦਾਂ 'ਚ ਮੇਲ ਲਿਟਰੇਸੀ ਦੀ, ਤਾਂ ਉਹ ਹੈਗੀ ਹੈ 80.4%, ਅਤੇ ਜੇ ਗੱਲ ਕਰੀਏ ਫੀਮੇਲ ਲਿਟਰੇਸੀ ਦੀ ਉਹ ਹੈਗੀ ਹੈ 70.7%। ਤਾਂ ਇਹਦਾ ਮਤਲਬ ਅਰਾਊਂਡ 10% ਦਾ ਫਰਕ ਹੈ ਮੇਲ ਅਤੇ ਫੀਮੇਲ ਲਿਟਰੇਸੀ ਦਾ ਪੰਜਾਬ 'ਚ। ਹੁਣ ਗੱਲ ਕਰਦੇ ਹਾਂ ਐੱਸ ਸੀ ਪਾਪੂਲੇਸ਼ਨ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਤਾਂ ਉਹ ਹੈਗੀ ਅਰਾਊਂਡ 32%, 31.94%।
ਹੁਣ ਇੱਕ ਸੈਂਸਸ 2011 ਦੇ ਵਿੱਚ ਇੱਕ ਹੋਰ ਡਾਟਾ ਸੀ, ਦੈਟ ਇਜ਼ ਰਿਲੀਜਨ ਵਾਈਜ਼ ਪਾਪੂਲੇਸ਼ਨ। ਤਾਂ ਰਿਲੀਜਨ ਵਾਈਜ਼ ਪਾਪੂਲੇਸ਼ਨ ਕਿਵੇਂ ਹੈ? ਸਭ ਤੋਂ ਵੱਡਾ ਧਰਮ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਸਿੱਖ ਆਬਾਦੀ ਦਾ, ਉਹ ਹੈਗੇ ਨੇ ਅਰਾਊਂਡ 57.7% ਲੋਕ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਬਿਲੋਂਗ ਕਰਦੇ ਨੇ। ਦੈਨ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਅਰਾਊਂਡ 38.5% ਲੋਕ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ। ਅਤੇ ਉਸ ਤੋਂ ਬਾਅਦ ਕੁਛ ਬਹੁਤ ਸਾਰੇ ਹੋਰ ਰਿਲੀਜਨ ਵੀ ਨੇ ਜਿਨ੍ਹਾਂ ਦੀ ਪਾਪੂਲੇਸ਼ਨ ਬਹੁਤ ਘੱਟ ਹੈ ਪੰਜਾਬ 'ਚ, ਜਿਵੇਂ ਮੁਸਲਿਮਸ ਨੇ ਅਰਾਊਂਡ 1.93% ਲੋਕ, ਦੈਨ ਕ੍ਰਿਸਚਨਸ ਨੇ ਅਰਾਊਂਡ 1.26% ਲੋਕ, ਦੈਨ ਜੈਨਸ ਨੇ ਅਰਾਊਂਡ 0.16% ਲੋਕ, ਦੈਨ ਬੋਧੀ ਧਰਮ ਨੂੰ ਮੰਨਣ ਵਾਲੇ ਲੋਕ 0.12%, ਦੈਨ ਕੋਈ ਹੋਰ ਰਿਲੀਜਨਸ ਜਿਨ੍ਹਾਂ ਦੀ ਪਾਪੂਲੇਸ਼ਨ ਬਹੁਤ ਹੀ ਘੱਟ ਹੈ ਜਿਵੇਂ ਪਾਰਸੀ ਹੋ ਗਏ, ਜ਼ੋਰੋਐਸਟ੍ਰੀਅਨਿਜ਼ਮ ਹੋ ਗਏ, ਇਹਨਾਂ ਦੀ ਆਬਾਦੀ ਹੈ 0.04%। ਦੈਨ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਕੋਈ ਵੀ ਪਰਟੀਕੁਲਰ ਰਿਲੀਜਨ ਨੂੰ ਨਹੀਂ ਮੰਨਦੇ, ਉਹਨਾਂ ਦੀ ਆਬਾਦੀ ਹੈ ਅਰਾਊਂਡ 0.31%। ਤਾਂ ਇਹ ਹੈ ਪੰਜਾਬ ਦੀ ਰਿਲੀਜਨ ਵਾਈਜ਼ ਪਾਪੂਲੇਸ਼ਨ। ਬਾਕੀ ਦੇ ਬੇਸਿਕਸ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਜਿਹੜਾ ਇੱਥੋਂ ਤੱਕ ਕੋਈ ਸਵਾਲ ਆਏ ਨੇ, ਜਿਵੇਂ ਪੰਜਾਬ PCS 2018 ਦੀ ਮੈਂ ਇੱਕ ਗੱਲ ਕਰਾਂ ਤਾਂ ਇੱਕ ਸਵਾਲ ਆਇਆ ਸੀ, ਵਟ ਇਜ਼ ਦੀ ਜੂਲੋਜੀਕਲ ਨੇਮ ਆਫ ਸਟੇਟ ਬਰਡ ਆਫ ਪੰਜਾਬ। ਪੰਜਾਬ ਦੇ ਸਟੇਟ ਬਰਡ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਬਾਜ ਹੈ, ਉਹਦਾ ਸਾਇੰਟੀਫਿਕ ਜਾਂ ਜੂਲੋਜੀਕਲ ਨੇਮ ਕੀ ਹੈ? ਪੰਜਾਬ ਦੇ ਰਾਜ ਪੰਛੀ ਦਾ ਜੂਲੋਜੀਕਲ ਨਾਮ ਕੀ ਹੈ? ਤਾਂ ਇਹ ਆਪਾਂ ਡਿਸਕਸ ਕਰਿਆ ਸੀਗਾ। ਜੇ ਤੁਹਾਨੂੰ ਯਾਦ ਹੋਵੇ ਐਂਟੀਲੋਪ ਸਰਵੀ ਕਾਪਰਾ ਮੈਂ ਤੁਹਾਨੂੰ ਦੱਸਿਆ ਸੀ, ਕਾਲੀ ਹਿਰਨ ਨੂੰ ਕਹਿੰਦੇ ਨੇ ਜਿਹੜਾ ਪੰਜਾਬ ਦਾ ਸਟੇਟ ਐਨੀਮਲ ਹੈ, ਡਲਬਰਜੀਆ ਸੀਸੋ ਟਾਲੀ ਨੂੰ ਕਹਿੰਦੇ ਨੇ ਜਿਹੜਾ ਪੰਜਾਬ ਦਾ ਸਟੇਟ ਟ੍ਰੀ ਹੈ, ਦੈਨ ਆਈਕੋਰਨੀਆ ਕ੍ਰੈਸੀਪੀਸ ਇਹ ਵਾਟਰ ਹਿਅਸਿੰਥ ਨੂੰ ਕਹਿੰਦੇ ਨੇ, ਇਹਦਾ ਪੰਜਾਬ ਨਾਲ ਕੋਈ ਖਾਸ ਲਿੰਕ ਹੈ ਨਹੀਂ। ਦੈਨ ਬੱਚਾ ਕਿਹੜਾ, ਐਸਿਪਟੀਅਰ ਜੈਂਟੀਲਿਸ ਜਿਹੜਾ ਬਾਜ ਨੂੰ ਕਹਿੰਦੇ ਨੇ, ਅਤੇ ਇਹਦਾ ਸਹੀ ਆਂਸਰ ਸੀ ਏ। ਦੈਨ ਐਵੇਂ ਇੱਕ ਹੋਰ ਕੁਸ਼ਚਨ ਜਿਹੜਾ ਪੰਜਾਬ PCS ਦੇ 2012 ਵਿੱਚ ਪੁੱਛਿਆ ਗਿਆ ਸੀ ਕਿ ਇਹਨਾਂ ਵਿੱਚੋਂ ਕਿਹੜਾ ਫੈਕਟ ਟਰੂ ਨਹੀਂ ਹੈ ਪੰਜਾਬ ਬਾਰੇ, ਮਤਲਬ ਇਹਨਾਂ ਵਿੱਚੋਂ ਕਿਹੜਾ ਫੈਕਟ ਹੈ ਜਿਹੜਾ ਪੰਜਾਬ ਬਾਰੇ ਗਲਤ ਹੈ। ਤਾਂ ਇੱਥੇ ਜਿਵੇਂ ਲਿਖਿਆ, ਇਟਸ ਏਰੀਆ ਇਜ਼ ਅਬਾਊਟ 50,000 square kilometers। ਤਾਂ ਤੁਹਾਨੂੰ ਦੱਸਿਆ ਸੀ ਕਿ 50,300 square kilometers ਏਰੀਆ, ਅਤੇ ਇਹਨਾਂ ਪੁੱਛਿਆ ਕਿ ਨੇੜੇ ਤੇੜੇ 50,000 ਦੇ ਹੈ, ਤਾਂ ਆਪਾਂ ਕਹਾਂਗੇ ਬਿਲਕੁਲ ਸਹੀ ਹੈ, ਪਰ ਆਪਾਂ ਕਿਹੜੀ ਸਟੇਟਮੈਂਟ ਨੂੰ ਟਿੱਕ ਕਰ ਰਹੇ ਹਾਂ? ਗਲਤ ਨੂੰ। ਦੈਨ ਇਹਦੇ ਵਿੱਚ ਪੁੱਛਿਆ ਗਿਆ ਕਿ ਪੰਜਾਬ ਵਿੱਚ 12,000 villages ਨੇ, ਆਪਾਂ ਇਹ ਸਟੇਟਮੈਂਟ ਪੜ੍ਹੀ ਨਹੀਂ ਹਾਲੇ ਤੱਕ। ਦੈਨ ਇਹਦੇ ਵਿੱਚ ਹੋਰ ਚੀਜ਼ ਪੁੱਛੀ ਗਈ ਹੈ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਜ਼ਿਆਦਾ ਨੇ ਪਿੰਡਾਂ ਦੇ ਕੰਪੈਰੀਜ਼ਨ 'ਚ, ਇਹ ਵੀ ਚੀਜ਼ ਆਪਾਂ ਪੜ੍ਹੀ ਨਹੀਂ। ਪਰ ਪੇਪਰ ਦੇ ਵਿੱਚ ਤੁਸੀਂ ਇੱਕੋ ਆਪਸ਼ਨ ਟਿੱਕ ਕਰਨਾ ਤਾਂ ਤੁਸੀਂ ਕੀ ਕਈ ਵਾਰ ਡਿਡਿਊਸ ਕਰ ਪਾਉਂਦੇ ਹੋ ਆਂਸਰ ਆਪਣੇ ਬਾਕੀ ਨੌਲੇਜ ਨਾਲ। ਜਿਵੇਂ ਅਗਲੀ ਸਟੇਟਮੈਂਟ ਕੀ ਲਿਖਿਆ ਗਿਆ ਕਿ ਪਾਪੂਲੇਸ਼ਨ ਡੈਂਸਿਟੀ, ਕਿ ਪਾਪੂਲੇਸ਼ਨ ਦੀ ਘਣਤਾ ਪੰਜਾਬ ਦੀ ਅਰਾਊਂਡ 600 person per square kilometer ਹੈ। ਜੇ ਤੁਹਾਨੂੰ ਯਾਦ ਹੋਵੇ ਆਪਾਂ ਇਹ ਪੜ੍ਹੀ ਸੀ ਕਿ ਅਰਾਊਂਡ 550 ਦੇ ਕਰੀਬ ਹੈ, ਅਤੇ ਜੇ ਤੁਹਾਨੂੰ ਨਹੀਂ ਵੀ ਯਾਦ ਤਾਂ ਤੁਸੀਂ ਪੰਜਾਬ ਦੀ ਪਾਪੂਲੇਸ਼ਨ ਜਿਹੜੀ ਹੈਗੀ 2.77 crore ਉਹਨੂੰ ਡਿਵਾਈਡ ਕਰ ਲੈਣਾ ਪੰਜਾਬ ਦੇ ਏਰੀਏ ਨਾਲ, ਜਿਹੜਾ ਅਰਾਊਂਡ ਦਿੱਤੇ ਹੀ ਹੋ ਰਹੇ 50,000, ਤਾਂ ਉਹਨੂੰ ਵੀ ਡਿਵਾਈਡ ਕਰਕੇ ਦੇਖੋਗੇ ਤਾਂ ਅਰਾਊਂਡ 552-53 ਦੇ ਲਵੇ ਤਵੇ ਆਂਸਰ ਆਊਗਾ, ਅਤੇ ਇਹਨਾਂ ਨੇ ਕੀ ਕਿਹਾ 600। ਤਾਂ ਇੱਥੋਂ ਤੁਸੀਂ ਦੱਸ ਸਕਦੇ ਹੋ ਕਿ ਇਹ ਸਟੇਟਮੈਂਟ ਗਲਤ ਹੈ, ਅਤੇ ਤੁਹਾਨੂੰ ਪੁੱਛਿਆ ਕੀ ਹੈ ਕਿ ਕਿਹੜੀ ਸਟੇਟਮੈਂਟ ਗਲਤ ਹੈ, ਤਾਂ ਤੁਸੀਂ ਇਹੋ ਜਿਹੇ ਕੁਸ਼ਚਨ ਦੇ ਇਸ ਹਿਸਾਬ ਨਾਲ ਤੁਸੀਂ ਆਂਸਰ ਵੀ ਕੱਢ ਸਕਦੇ ਹੋ, ਚਾਹੇ ਤੁਹਾਨੂੰ ਸਾਰੀਆਂ ਸਟੇਟਮੈਂਟਾਂ ਨਾ ਪਤਾ ਹੋਣ। ਤਾਂ ਇੱਥੇ ਆਪਣਾ ਆਪਣਾ ਪਹਿਲਾ ਲੈਕਚਰ ਸਮਾਪਤ ਕਰਦੇ ਹਾਂ, ਅਤੇ ਜੇ ਕਿਸੇ ਨੂੰ ਕੋਈ ਵੀ ਕੋਈ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਕਮੈਂਟ ਬਾਕਸ ਵਿੱਚ ਵੈਲਕਮ ਹੈ, ਅਤੇ ਇਸ ਲੈਕਚਰ ਲਈ ਇਸ ਲੈਕਚਰ ਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਸਾਡਾ ਟੈਲੀਗ੍ਰਾਮ ਚੈਨਲ 'ਤੇ ਇਸ ਦੀ PDF ਲੈ ਸਕਦੇ ਹੋ। ਧੰਨਵਾਦ ਦੋਸਤੋ।